ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਆਹ ਗੋਲ ਜਾਲੀ ਵਾਲਾ ਡਿਜ਼ਾਈਨ ਬਣਾਉਣਾ ਦੱਸਣ ਲੱਗੀ ਹਾਂ। ਇਹ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ, ਇਹ ਆਪਾਂ ਆਪਣੀ ਜੈਕਟ ਅਤੇ ਕੋਟੀ 'ਤੇ ਜਿਹੜਾ ਡਿਜ਼ਾਈਨ ਆ ਪਾ ਸਕਦੇ ਹਾਂ। ਮਫਰਲ 'ਤੇ, ਸ਼ੋਲ 'ਤੇ, ਗੁੜੀਆ ਦੀ ਫਰੋਕ 'ਤੇ ਡਿਜ਼ਾਈਨ ਜਿਹੜਾ ਬਹੁਤ ਪਿਆਰਾ ਲੱਗੂਗਾ। ਦੋ ਫੰਦਿਆਂ ਦਾ ਡਿਜ਼ਾਈਨ ਆ, ਦੋ ਸਿਲਾਈਆਂ 'ਚ ਹੀ ਆਪਣਾ ਜਿਹੜਾ ਬਣ ਕੇ ਤਿਆਰ ਹੋਊਗਾ। ਉਹਨੇ ਮੈਂ ਤੁਹਾਨੂੰ ਬਣਾਉਣਾ ਦੱਸਦੀ ਹਾਂ ਆਪਾਂ ਗੋਲ ਜਾਲੀ ਵਾਲਾ ਡਿਜ਼ਾਈਨ ਕਿਵੇਂ ਬਣਾਵਾਂਗੇ। ਇਹਦੇ ਵਾਸਤੇ ਆ ਮੈਂ 16 ਫੰਦੇ ਪਾਏ ਆ। ਦੋ ਫੰਦਿਆਂ ਦਾ ਡਿਜ਼ਾਈਨ ਹੈ, ਇਹਦੇ ਵਾਸਤੇ ਆਪਾਂ ਦੋ ਦੋ ਫੰਦਿਆਂ ਦੇ ਹਿਸਾਬ ਨਾਲ ਹੀ ਫੰਦੇ ਪਾਵਾਂਗੇ। ਹੁਣ ਆਪਣੀ ਡਿਜ਼ਾਈਨ ਦੀ ਪਹਿਲੀ ਸਿਲਾਈ, ਪਹਿਲਾ ਫੰਦਾ ਆਪਾਂ ਸਿੱਧਾ ਹੋਣੇ ਆ। ਅੱਗੇ ਹੁਣ ਆ ਜਿਹੜੇ ਦੋ ਫੰਦੇ ਆ, ਇਹਨਾਂ ਫੰਦਿਆਂ ਦੇ ਵਿੱਚੋਂ ਨਹੀਂ ਆਪਾਂ ਬਣਾਉਣਾ, ਇੱਥੋਂ ਸੈਂਟਰ 'ਚੋਂ ਦੋ ਫੰਦੇ ਛੱਡ ਕੇ ਸੈਂਟਰ 'ਚੋਂ ਸਿਲਾਈ ਲਵਾਂਗੇ। ਇੰਝ ਵਲ ਕੱਢ ਕੇ ਫਿਰ ਇੱਕ ਵਲ ਪਾਇਆ, ਦੋ ਫੰਦਿਆਂ ਦਾ ਇੱਕ ਇੱਕ ਫੰਦਾ ਉਣ ਲਿਆ। ਇਹ ਆਪਣੇ ਕੋਲ ਦੋ ਫੰਦਿਆਂ ਤੋਂ ਚਾਰ ਫੰਦੇ ਬਣ ਗਏ। ਪਿਛਲੇ ਦੋ ਫੰਦੇ ਇਹਨਾਂ ਦੇ ਉੱਤੋਂ ਆਪਾਂ ਇੰਝ ਉਲਟਾ ਦਾਂਗੇ। ਫਿਰ ਅਗਲੇ ਦੋ ਫੰਦੇ ਛੱਡ ਕੇ ਇੱਥੋਂ ਸੈਂਟਰ 'ਚੋਂ ਆਪਾਂ ਧਾਗਾ ਕੱਢਾਂਗੇ, ਵਲ ਪਾ ਕੇ ਦੋ ਫੰਦਿਆਂ ਨੂੰ ਇੱਕ ਇੱਕ ਉਣਾਂਗੇ। ਹੁਣ ਇਹਨਾਂ ਪਿਛਲੇ ਦੋ ਫੰਦਿਆਂ ਨੂੰ ਉਹਨਾਂ ਦੇ ਉੱਪਰ ਉਹਦੀ ਉਲਟਾ ਦਾਂਗੇ। ਪੂਰੀ ਸਿਲਾਈ ਜਿਹੜੀ ਆਪਾਂ ਇਸ ਤਰੀਕੇ ਬਣਾਵਾਂਗੇ। ਲਾਸਟ ਵਾਲਾ ਫੰਦਾ ਆਪਾਂ ਸਿੱਧਾ ਬਣਾਇਆ। ਹੁਣ ਆਪਾਂ ਆ ਗਏ ਉਲਟੀ ਸਿਲਾਈ 'ਤੇ। ਉਲਟੀ ਸਿਲਾਈ ਆਪਾਂ ਪੂਰੀ ਉਲਟੀ ਪਲੇਨ ਬਣਾਵਾਂਗੇ। ਹੁਣ ਡਿਜ਼ਾਈਨ ਦੀ ਆਪਾਂ ਤੀਸਰੀ ਸਿਲਾਈ 'ਤੇ ਆ ਗਏ। ਅੱਗੇ ਆਪਾਂ ਇੱਕ ਫੰਦਾ ਉਣ ਕੇ, ਪਹਿਲਾ ਫੰਦਾ ਉਣ ਕੇ ਦੋ ਦਾ ਡਿਜ਼ਾਈਨ ਬਣਾਇਆ ਸੀ। ਹੁਣ ਪਹਿਲਾ ਫੰਦਾ ਉਣਿਆ, ਦੂਜਾ ਫੰਦਾ ਉਣਿਆ, ਦੋ ਫੰਦੇ ਉਣ ਕੇ ਹੁਣ ਆਹ ਵਾਲੇ ਜਿਹੜੇ ਦੋ ਫੰਦੇ ਇਹਨਾਂ 'ਤੇ ਆਪਾਂ ਡਿਜ਼ਾਈਨ ਬਣਾਵਾਂਗੇ। ਫਿਰ ਇਸ ਤਰੀਕੇ ਸੈਂਟਰ 'ਚੋਂ ਫੰਦਾ ਲਿਆ, ਵਲ ਪਾਇਆ, ਇਹਨਾਂ ਦੋ ਫੰਦਿਆਂ ਨੂੰ ਇੱਕ ਇੱਕ ਫੰਦਾ ਉਣਾਂਗੇ। ਪੂਰੀ ਸਿਲਾਈ ਆਪਾਂ ਇਸ ਤਰੀਕੇ ਬਣਾਵਾਂਗੇ।
ਹੁਣ ਲਾਸਟ ਦੇ ਆਪਣੇ ਦੋ ਫੰਦੇ ਜਿਹੜੇ ਸਿੱਧੇ ਆ ਗਏ। ਹੁਣ ਆਪਾਂ ਡਿਜ਼ਾਈਨ ਦੀ ਚੌਥੀ ਸਿਲਾਈ 'ਤੇ ਆ ਗਏ ਉਲਟੇ ਪਾਸੇ। ਉਲਟੀ ਸਿਲਾਈ ਆਪਾਂ ਪੂਰੀ ਉਲਟੀ ਪਲੇਨ ਬਣਾਵਾਂਗੇ। ਇਹੀ ਚਾਰ ਸਿਲਾਈਆਂ ਨੂੰ ਆਪਾਂ ਜਿਹੜਾ ਬਾਰ ਬਾਰ ਰਿਪੀਟ ਕਰਦੇ ਜਾਣਾ ਅਤੇ ਇੱਕ ਸ਼ਾਨਦਾਰ ਡਿਜ਼ਾਈਨ ਤਿਆਰ ਕਰਦੇ ਜਾਣਾ। ਇਸ ਤਰ੍ਹਾਂ ਨਵੇਂ ਨਵੇਂ ਡਿਜ਼ਾਈਨ ਸਿੱਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ।